ਉਹਨਾਂ ਚੋਂ ਆ ਚੰਦ ਲੋਕਾਂ ਚੋਂ ਜਿਨ੍ਹਾਂ ਨੇ ਇਸ ਦੇ ਇਹਦਾ ਸੰਘਰਸ਼ ਵੀ ਵੇਖਿਆ ਸੰਘਰਸ਼ ਕੀਤਾ ਵੀ ਵਰਦੀਆਂ ਗੋਲੀਆਂ ਵੇਖੀਆਂ ਸਾਹਮਣੇ ਮਰਦੇ ਕਾਰ ਸੇਵਕ ਵੇਖੇ ਤੇ ਮੈਂ ਆਪਣੀ ਅਧਿਆਕਸ਼ਤਾ ਦੇ ਵਿੱਚ 23 ਕਾਰ ਸੇਵਕਾਂ ਨੂੰ ਲੈ ਕੇ ਤਰਨ ਤਾਰਨ ਤੋਂ ਰਵਾਨਾ ਹੋਇਆ ਸੀਗਾ 1990 30 ਅਕਤੂਬਰ ਆਤਾ ਹੈ ਅਯੁੱਧਿਆ ਹਮੇਂ ਬੁਲਾਤਾ ਹੈ ਇਹ ਨਾਰਾ ਸੀਗਾ ਰਾਮ ਲਲਾ ਹਮ ਆਏਂਗੇ ਮੰਦਿਰ ਵਹੀਂ ਬਣਾਏਂਗੇ ਇਹ ਨਾਰਾ ਸੀਗਾ ਬੜਾ ਜੋਸ਼ ਭਰਦਾ ਸੀ ਪਤਾ ਸੀਗਾ ਵੀ ਇਹ ਸੰਘਰਸ਼ ਹੋਣਾ ਅਤੇ ਜਿਹੜੇ ਮੈਂ 23 ਨੌਜਵਾਨਾਂ ਨੂੰ ਉੱਥੋਂ ਤਿਆਰ ਕੀਤਾ ਸੀ ਮੈਨੂੰ ਪਤਾ ਵਾ ਵੀ ਕਿਸ ਤਰ੍ਹਾਂ ਜਨੂੰਨ ਭਰਿਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਦੇਸ਼ ਦਾ ਧਰਮ ਦਾ ਵਾਸਤਾ ਦੇ ਕੇ ਰਾਮ ਮੰਦਿਰ ਦੀ ਪੁਰਾਣੀ ਗਾਥਾ ਸੁਣਾ ਕੇ ਕਿ ਸਾਡਾ ਰਾਮ ਸਾਡੇ ਹਿਰਦੇ ਸਮਰਾਟ ਆ ਸਾਡੇ ਇਸ਼ਟ ਆ ਰਾਮ ਤੋਂ ਬਗੈਰ ਕੋਈ ਮਤਲਬ ਕੋਈ ਅਸਤਿਤਵ ਨਹੀਂ ਸਾਡਾ ਜਾਂ ਇਸ ਹਿੰਦੁਸਤਾਨ ਦਾ ਪੂਰੀ ਯੂਪੀ ਇਸੇ ਕੰਮ 'ਚ ਲੱਗੀ ਸੀ ਵੀ ਕਾਰ ਸੇਵਕਾਂ ਨੂੰ ਅਸੀਂ ਪਹੁੰਚਾਉਣਾ ਕਿਸ ਤਰ੍ਹਾਂ ਰਾਮ ਜਨਮ ਭੂਮੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਸ਼ਨ ਨੇ ਪਰ ਇਹ ਜਸ਼ਨ ਉਸ ਇਤਿਹਾਸ ਦੇ ਵੀ ਗਵਾਹ ਨੇ ਕਿ ਜਿਹੜੇ ਕਿ ਲੱਖਾਂ ਲੋਕਾਂ ਨੇ ਆਪਣਾ ਸੰਘਰਸ਼ ਕੀਤਾ ਔਰ ਉਸ ਸੰਘਰਸ਼ ਤੋਂ ਬਾਅਦ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਕਿ 500 ਸਾਲ ਦੇ ਬਾਅਦ ਜਿਹੜਾ ਹੈ ਰਾਮ ਮੰਦਿਰ ਬਣਨ ਜਾ ਰਿਹਾ ਹੈ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋ ਜਾ ਰਹੀ ਹੈ ਅਤੇ ਇਸ ਦੇ ਵਿੱਚ ਇੱਕ ਖਾਸ ਨਾਮ ਹੈ ਅਨਿਲ ਜੋਸ਼ੀ ਜੋ ਕਿ ਉਸ ਵੇਲੇ ਤਰਨ ਤਾਰਨ 'ਚ ਰਹਿੰਦੇ ਸਨ ਤਾਂ ਉਹਨਾਂ ਨੇ ਵੀ ਉਸ ਲੱਖਾਂ ਲੋਕਾਂ ਦੇ ਵਿੱਚ ਇੱਕ ਸੰਘਰਸ਼ ਬਣਾਇਆ ਔਰ ਇਸ ਸੰਘਰਸ਼ ਦੇ ਵਿੱਚ ਨਿਕਲ ਕੇ ਅੱਜ ਰਾਮ ਮੰਦਿਰ ਦੇ ਇਸ ਜਿਹੜਾ ਸਮਾਗਮ ਹੈ ਉਸਨੂੰ ਵੇਖਣ ਵੀ ਜਾ ਰਹੇ ਨੇ ਔਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਸਭ ਅੱਜ ਖੁਸ਼ੀਆਂ ਨੇ ਪਰ ਸੰਘਰਸ਼ ਬਹੁਤ ਲੰਬਾ ਸੀ ਔਰ ਪਤਾ ਲੱਗਾ ਕਿ ਤੁਸੀਂ ਵੀ ਇਸ ਸੰਘਰਸ਼ ਦਾ ਪਾਰਟ ਰਹੇ ਹੋ ਆਖਿਰਕਾਰ ਕੀ ਐਸੇ ਜਿਹੜੇ ਲੰਮੇ ਨੇ ਜਿਹੜੇ ਤੁਸੀਂ ਅੱਜ ਸਾਂਝੇ ਕਰਨਾ ਚਾਹੋਗੇ ਕਿਉਂਕਿ ਲੱਖਾਂ ਲੋਕ ਦੇਖ ਰਹੇ ਨੇ ਅੱਜ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਜੈ ਸ਼੍ਰੀ ਰਾਮ ਅਤੇ 22 ਜਨਵਰੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਆ ਰਾਮ ਲੱਲਾ ਦੀ ਅਯੁੱਧਿਆ ਦੇ ਵਿੱਚ ਭਵਯ ਮੰਦਿਰ ਬਣ ਰਿਹਾ ਉਹਦੀ ਬਹੁਤ ਬਹੁਤ ਮੁਬਾਰਕ ਲੱਖਾਂ ਮੁਬਾਰਕਾਂ ਕਰੋੜਾਂ ਮੁਬਾਰਕਾਂ ਕਿਉਂਕਿ 500 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਸਮਾਂ ਆਇਆ ਜਿਹਦੇ ਅਸੀਂ ਸਾਕਸ਼ੀ ਹੋ ਰਹੇ ਹਾਂ ਜਿਹਦੇ ਅਸੀਂ ਗਵਾਹ ਬਣ ਰਹੇ ਹਾਂ ਮੈਂ ਉਹਨਾਂ 'ਚੋਂ ਹਾਂ ਚੰਦ ਲੋਕਾਂ 'ਚੋਂ ਜਿਨ੍ਹਾਂ ਨੇ ਇਸ ਦੇ ਇਹਦਾ ਸੰਘਰਸ਼ ਵੀ ਵੇਖਿਆ ਸੰਘਰਸ਼ ਕੀਤਾ ਵੀ ਵਰਦੀਆਂ ਗੋਲੀਆਂ ਵੇਖੀਆਂ ਸਾਹਮਣੇ ਮਰਦੇ ਕਾਰ ਸੇਵਕ ਵੇਖੇ ਕਰਫਿਊ ਦੇ ਦੌਰਾਨ ਯੂਪੀ ਦੇ ਵਿੱਚ 100-100 ਕਿਲੋਮੀਟਰ ਚੱਲਦੇ ਰਾਮ ਧੁਨ ਗਾਉਂਦੇ ਕਾਰ ਸੇਵਕ ਵੇਖੇ ਪਰ ਉਸ ਲਈ ਡਰ ਨਹੀਂ ਲੱਗਾ ਜਿਸ ਲਈ ਸੰਘਰਸ਼ ਕੀਤਾ ਉਹ ਸੰਘਰਸ਼ ਵੇਖਿਆ ਅਤੇ ਹੁਣ ਭਾਗਾਂ ਵਾਲਾ ਵਾਂ ਮੈਂ ਕਿ ਮੈਂ ਸਾਕਸ਼ੀ ਵੀ ਹੋ ਰਿਹਾ ਕਿ ਰਾਮ ਮੰਦਿਰ ਬਣ ਰਿਹਾ ਸਾਡੇ ਸੁਪਨਿਆਂ ਦਾ ਰਾਮ ਮੰਦਿਰ ਸਾਡੇ ਜੀਵਨ 'ਚ ਸਮਾਂ ਆਇਆ ਮੈਂ ਪਰਮਾਤਮਾ ਦਾ ਕੋਟਨ ਕੋਟ ਧੰਨਵਾਦ ਕਰਦਾ ਪ੍ਰਭੂ ਰਾਮ ਦਾ ਪਰ ਕਿਵੇਂ ਤੁਸੀਂ ਘਰ ਬੈਠੇ ਸੀ ਕੀ ਸੁਣਿਆ ਆਇਆ ਤੁਹਾਨੂੰ ਕਿ ਜਾਣਾ ਕਿੱਥੇ ਆ ਕੀ ਸੁਣਿਆ ਨਹੀਂ ਮੈਂ ਰਾਸ਼ਟਰੀ ਸਵੰਮ ਸੇਵਕ ਸੰਘ ਦਾ ਸਵੰਮ ਸੇਵਕ ਸੀਗਾ ਤਰਨ ਤਾਰਨ ਜ਼ਿਲ੍ਹਾ ਨਹੀਂ ਸੀ ਉਦੋਂ ਬਣਿਆ ਅੰਮ੍ਰਿਤਸਰ ਜ਼ਿਲ੍ਹਾ ਸੀ ਤਰਨ ਤਾਰਨ ਦਿਹਾਤੀ ਜ਼ਿਲ੍ਹਾ ਦਿਹਾਤੀ ਜ਼ਿਲ੍ਹੇ ਦਾ ਮੈਂ ਰਾਮ ਸੇਵਕ ਦਲ ਬਣਿਆ ਉਦੋਂ ਜਿਹਦਾ ਮੈਂ ਅਧਿਅਕਸ਼ ਸੀਗਾ ਉਦੋਂ ਤਕਰੀਬਨ ਜੇ ਆਪਾਂ ਪੋਲੀਟੀਕਲੀ ਗਿਣੀਏ ਤਾਂ 12 ਵਿਧਾਨ ਸਭਾ ਹਲਕੇ ਆਉਂਦੇ ਸੀ ਅੰਮ੍ਰਿਤਸਰ ਸ਼ਹਿਰ ਨੂੰ ਛੱਡ ਕੇ ਬਾਕੀ ਸਾਰਾ ਦਿਹਾਤ ਸੀ ਹੈ ਮਜੀਠਾ ਵੇਰਕਾ ਜਨਾਲਾ ਵੀ ਉਸ ਦਿਹਾਤੀ ਜ਼ਿਲ੍ਹੇ ਦਾ ਹਿੱਸਾ ਸੀਗਾ ਅਤੇ ਮੈਂ ਰਾਮ ਸੇਵਕ ਦਲ ਦਾ ਪ੍ਰਧਾਨ ਸੀ ਜ਼ਿਲ੍ਹੇ ਦਾ ਅਤੇ ਮੈਂ ਆਪਣੀ ਅਧਿਅਕਸ਼ਤਾ ਦੇ ਵਿੱਚ 23 ਕਾਰ ਸੇਵਕਾਂ ਨੂੰ ਲੈ ਕੇ ਤਰਨ ਤਾਰਨ ਤੋਂ ਰਵਾਨਾ ਹੋਇਆ ਸੀਗਾ 1990 30 ਅਕਤੂਬਰ ਆਤਾ ਹੈ ਅਯੁੱਧਿਆ ਹਮੇਂ ਬੁਲਾਤਾ ਹੈ ਇਹ ਨਾਰਾ ਸੀਗਾ ਰਾਮ ਲਲਾ ਹਮ ਆਏਂਗੇ ਮੰਦਿਰ ਵਹੀਂ ਬਣਾਏਂਗੇ ਇਹ ਨਾਰਾ ਸੀਗਾ ਬੜਾ ਜੋਸ਼ ਭਰਦਾ ਸੀ ਕਿਉਂਕਿ ਬੜਾ ਲੰਬਾ ਸੰਘਰਸ਼ ਸੀਗਾ ਬਹੁਤ ਕੁਰਬਾਨੀਆਂ ਹੋਈਆਂ ਪੁਰਾਣੇ ਸਮੇਂ ਦੇ ਵਿੱਚ ਵੀ ਅਤੇ ਉਸ ਦੌਰਾਨ ਵੀ ਜਿਹੜਾ ਵਾ ਨਾ ਬੜਾ ਇੱਕ ਮੂਵਮੈਂਟ ਸੀਗੀ ਦਿੱਲੀ ਵੀ ਅਸੀਂ ਗਏ ਇਸ ਮਾਮਲੇ 'ਚ ਵਿਸ਼ਵ ਹਿੰਦੂ ਪਰਿਸ਼ਦ ਦੀ ਇੱਕ ਰੈਲੀ ਬੜੀ ਵੱਡੀ ਹੋਈ ਸੀ ਅਤੇ ਉਦੋਂ ਵੀ ਅਸੀਂ ਉੱਥੇ ਗਏ ਰਾਮ ਮੰਦਿਰ ਦੇ ਇਸ ਮੂਵਮੈਂਟ ਦੇ ਵਿੱਚ ਅਤੇ ਉਦੋਂ ਵੀ ਬੜੀਆਂ ਡਾਂਗਾਂ ਸਾਨੂੰ ਪਈਆਂ ਸੀ ਹੈ ਨਾ ਦੌੜਾ ਦੌੜਾ ਕੁੱਟਿਆ ਸੀ ਪੁਲਿਸ ਨੇ ਫਿਰ ਇਹ ਮੂਵਮੈਂਟ ਚੱਲੀ ਮੈਂ 23 ਕਾਰ ਸੇਵਕਾਂ ਨੂੰ ਲੈ ਕੇ ਮੁਲਾਇਮ ਸਿੰਘ ਦੀ ਸਰਕਾਰ ਸੀ ਯੂਪੀ ਦੇ ਵਿੱਚ ਉਹਨਾਂ ਨੇ ਕਰਫਿਊ ਲਾ ਦਿੱਤਾ ਉੱਥੇ ਇੱਕ ਡਾਇਲਾਗ ਮਾਰਿਆ ਮੁਲਾਇਮ ਸਿੰਘ ਨੇ ਕਿ ਅਯੁੱਧਿਆ ਮੈਂ ਕਿਹਾ ਯੂਪੀ ਮੈਂ ਵੀ ਪਰਿੰਦਾ ਪਰ ਨਹੀਂ ਮਾਰ ਸਕੇਗਾ 30 ਅਕਤੂਬਰ ਦਾ ਨਾਰਾ ਸੀਗਾ 30 ਅਕਤੂਬਰ ਨੂੰ ਅਯੁੱਧਿਆ ਪਹੁੰਚਣਾ ਅਤੇ ਅਸੀਂ ਇੱਥੋਂ ਚੱਲ ਪਏ ਇੱਥੋਂ ਅੰਮ੍ਰਿਤਸਰ ਨੂੰ ਟ੍ਰੇਨ ਫੜੀ ਬੜਾ ਮਤਲਬ ਅਧਿਕਾਰੀਆਂ ਨੇ ਸਾਡੇ ਲੀਡਰਾਂ ਨੇ ਸਾਨੂੰ ਤਿਲਕ ਲਾ ਕੇ ਪਟਕੇ ਪਾ ਕੇ ਅਤੇ ਤੋਰਿਆ ਰਵਾਨਾ ਕੀਤਾ ਅਤੇ ਜਦੋਂ ਜਾਣਾ ਸੀ ਨਾ ਡਰ ਦਾ ਮਾਹੌਲ ਸੀਗਾ ਡਰ ਸੀਗਾ ਕਿ ਉੱਥੇ ਅੱਗੇ ਪਤਾ ਨਹੀਂ ਕੀ ਹੋਣਾ ਕਿਉਂਕਿ ਕਰਫਿਊ ਆ ਅਤੇ ਅਯੁੱਧਿਆ ਪਹੁੰਚਣਾ ਕਿਸ ਤਰ੍ਹਾਂ
ਕੋਈ ਮੈਪ ਰੋਡ ਮੈਪ ਨਹੀਂ ਸੀਗਾ ਟ੍ਰੇਨਾਂ ਹੀ ਸੀਗੀਆਂ ਵੀ ਖਰੇ ਸਿੱਧਾ ਜਾਣਾ ਤੇ ਅਯੁੱਧਿਆ ਫਿਰ ਸਟੇਸ਼ਨ ਦੇ ਉੱਤੇ ਜਾਣਾ ਐਂਡ ਇੱਥੋਂ ਦੇ ਇਹੀ ਪਰ ਪਤਾ ਸੀਗਾ ਵੀ ਇਹ ਸੰਘਰਸ਼ ਹੋਣਾ ਤੇ ਜਿਹੜੇ ਮੈਂ 23 ਨੌਜਵਾਨਾਂ ਨੂੰ ਉੱਥੋਂ ਤਿਆਰ ਕੀਤਾ ਸੀ ਮੈਨੂੰ ਪਤਾ ਵਾ ਵੀ ਕਿਸ ਤਰ੍ਹਾਂ ਜਨੂਨ ਭਰਿਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਦੇਸ਼ ਦਾ ਧਰਮ ਦਾ ਵਾਸਤਾ ਦੇ ਕੇ ਰਾਮ ਮੰਦਿਰ ਦੀ ਪੁਰਾਣੀ ਗਾਥਾ ਸੁਣਾ ਕੇ ਕਿ ਸਾਡਾ ਰਾਮ ਸਾਡੇ ਹਿਰਦੇ ਸਮਰਾਟ ਆ ਸਾਡੇ ਇਸ਼ਟ ਆ ਰਾਮ ਤੋਂ ਬਗੈਰ ਕੋਈ ਮਤਲਬ ਕੋਈ ਅਸਤਿਤਵ ਨਹੀਂ ਸਾਡਾ ਜਾਂ ਇਸ ਹਿੰਦੁਸਤਾਨ ਦਾ ਤੇ ਅਸੀਂ ਇਹ ਅਲਖ ਜਗਾ ਕੇ ਉਹਨਾਂ ਨੂੰ ਤਿਆਰ ਕੀਤਾ ਲੈ ਕੇ ਗਏ ਰਸਤੇ ਦੇ ਵਿੱਚ ਇੱਥੋਂ ਅਸੀਂ ਭਜਨ ਗਾਉਂਦੇ ਦਿੱਲੀ ਪਹੁੰਚ ਗਏ ਦਿੱਲੀ ਵੀ ਕੋਈ ਨਹੀਂ ਕੁਛ ਨਹੀਂ ਹੋਇਆ ਦਿੱਲੀ ਤੋਂ ਅੱਗੇ ਗਾਜ਼ੀਆਬਾਦ ਸਟੇਸ਼ਨ ਰਾਤੀਂ 11-12 ਵਜੇ ਦਾ ਟਾਈਮ ਹੋਊ ਰਾਤ ਟ੍ਰੇਨ ਰੁਕੀ ਵੇਖਿਆ ਇਤਨੇ ਭਜਨ ਗਾਉਂਦੇ ਪਏ ਅਸੀਂ ਹੱਸਦੇ ਖੇਡਦੇ ਵੀ ਇਤਨੇ ਅਯੁੱਧਿਆ ਪਹੁੰਚ ਜਾਣਾ ਇੱਕਦਮ ਮਤਲਬ ਸਨਾਟੇ ਵਾਲੀ ਗੱਲ ਵੀ ਪਤਾ ਨਹੀਂ ਵੀ ਟ੍ਰੇਨ ਦੇ ਅੰਦਰ ਹਰ ਬੋਗੀ ਦੇ ਵਿੱਚ 10-10, 15-15, 20-20 ਡਾਂਗਾਂ ਵਾਲੇ ਪੁਲਿਸ ਮੁਲਾਜ਼ਮ ਚੜ੍ਹੇ ਯੂਪੀ ਸਰਕਾਰ ਦੇ ਉਹਨਾਂ ਨੇ ਦਬਾ ਦਬ ਡੰਡੇ ਮਾਰ ਮਾਰ ਕੇ ਚਲੋ ਉਤਰੋ ਚਲੋ ਉਤਰੋ ਚਲੋ ਉਤਰੋ ਥੱਲੇ ਕਿਉਂਕਿ ਮਤਲਬ ਪਤਾ ਹੀ ਨਹੀਂ ਸੀ ਵੀ ਇਹ ਕੁਛ ਹੋਣਾ ਉਹਨਾਂ ਕਿਹਾ ਕਾਰ ਸੇਵਕ ਕਿੱਥੇ ਜਾਣਾ ਅਯੁੱਧਿਆ ਜਾਣਾ ਚਲੋ ਉਤਰੋ ਚਲੋ ਲੈਣ ਲਾ ਲਈ ਤੇਈਆਂ 'ਚੋਂ ਮਤਲਬ ਮੈਂ ਤਾਂ ਆਪਣੀ ਵੱਲੋਂ ਜਦੋਂ ਉਹਨਾਂ ਆਖਿਆ ਸਮਾਨ ਮੈਂ ਕਿਹਾ ਆਪਣਾ ਸਮਾਨ ਫੜ ਲਓ ਫਿਰ ਸਾਰਾ ਜਿਹੜਾ ਸਾਡੇ ਕੋਲ ਪਿੱਛੇ ਪਿੱਠੂ ਅਸੀਂ ਬਣਾਏ ਸੀ ਉਹਦੇ 'ਚ ਛੋਲੇ ਸੀ ਗੁੜ ਸੀ ਘਰੋਂ ਦੁੱਧ ਪਾ ਕੇ ਅਸੀਂ ਰੋਟੀਆਂ ਬਣਾ ਕੇ ਮਿੱਠੀਆਂ ਜਿਹੜੀਆਂ ਹੁੰਦੀਆਂ ਵੀ 10-15 ਦਿਨ ਚੱਲ ਜਾਣ ਹੈ ਨਾ ਘਰੋਂ ਤੋਰਿਆ ਇਸ ਤਰ੍ਹਾਂ ਗਿਆ ਸਾਨੂੰ ਅਤੇ ਉੱਥੇ ਜਦੋਂ ਫਿਰ ਮੈਂ ਕਿਹਾ ਆਪਣਾ ਆਪਣਾ ਸਮਾਨ ਫੜ ਲਓ ਸਭ ਨੇ ਝੋਲੇ ਪਿੱਛੇ ਆਪਣੇ ਪਾਏ ਸਾਰੇ ਟ੍ਰੇਨ ਤੋਂ ਉੱਤਰ ਗਏ ਉਹਨਾਂ ਨੇ ਮੇਰਾ ਖਿਆਲ ਟ੍ਰੇਨ 'ਚੋਂ ਪੂਰੀ ਟ੍ਰੇਨ 'ਚੋਂ ਤਕਰੀਬਨ 500 ਬੰਦਾ ਹੋਊ ਮਿਨੀਮਮ ਜਿਹੜਾ ਲੈਣਾ ਚਲਾ ਕੇ ਅਤੇ ਫੋਰਸ ਜੇ ਗਿਣੀ ਹੈ ਤਾਂ 1000 ਬੰਦਾ ਹੋਊਗਾ ਅਤੇ ਟ੍ਰੇਨ 'ਚੋਂ ਉਹਨਾਂ ਥੱਲੇ ਲਾ ਲਿਆ ਘੋਰ ਹਨੇਰਾ ਐਡੇ ਐਡੇ ਸਰਕੰਡੇ ਉੱਚੇ ਉੱਥੇ 5-5, 6-6 ਫੁੱਟ ਦੇ ਘਾਹ ਸਰਕੰਡਾ ਆਲੇ ਦੁਆਲੇ ਕੁਛ ਜੰਗਲ ਵਰਗਾ ਮਾਹੌਲ ਸੀਗਾ ਸਭ ਲੈਣ ਲਾ ਕੇ ਤੋਰ ਲਏ ਉਹਨਾਂ ਨੇ ਮੈਨੂੰ ਵੀ ਇਹ ਵੀ ਸਾਡੇ 23 ਦੇ 23 ਬੰਦੇ ਉੱਤਰ ਆਏ ਥੱਲੇ ਮੇਰੇ ਮਨ 'ਚ ਆਇਆ ਵੀ ਆਪਾਂ ਤਾਂ ਕਸਮ ਇਹ ਖਾਧੀ ਹੈ ਕਿ 30 ਅਕਤੂਬਰ ਆਤਾ ਅਯੁੱਧਿਆ ਹਮੇ ਅਤੇ ਅਯੁੱਧਿਆ ਜਾਣ ਦੀ ਕਸਮ ਖਾ ਕੇ ਤੁਰੇ ਹਾਂ ਅਤੇ ਮੈਂ ਗ੍ਰਿਫਤਾਰੀ ਮੈਂ ਕਿਹਾ ਮੈਨੂੰ ਮਨਜ਼ੂਰ ਨਹੀਂ ਕਿਉਂਕਿ ਮੈਂ ਕਮਾਂਡ ਕਰਦਾ ਪਿਆ ਸੀ ਆਪਣੀ ਟੀਮ ਦੀ ਅਤੇ ਮੈਂ ਵੇਖਿਆ ਸਰਕੰਡਾ ਬੜਾ ਵਾ ਮੈਂ ਵਿੱਚੋਂ ਥੋੜ੍ਹਾ ਜਿਹਾ ਸਾਈਡ 'ਤੇ ਉਹਦੇ 'ਚ ਲੰਮੇ ਪੈ ਗਿਆ ਸਭ ਤੁਰੇ ਗਏ ਕਿਸੇ ਨੂੰ ਪਤਾ ਨਹੀਂ ਲੱਗਾ ਸਾਡੇ ਬੰਦਿਆਂ ਨੂੰ ਵੀ ਨਹੀਂ ਪਤਾ ਲੱਗਾ ਵੀ ਮੈਂ ਵਿੱਚੋਂ ਗਾਇਬ ਹੋ ਗਿਆ ਮੈਂ ਸਰਕੰਡਿਆਂ 'ਚ ਲੰਮੇ ਪਿਆ ਰਿਹਾ ਸਭ ਚੱਲ ਗਏ ਅੱਗੇ ਪਿੱਛੇ 10-5 ਮੁਲਾਜ਼ਮ ਜਿਹੜੇ ਰਹਿ ਗਏ ਵੀ ਬਾਕੀ ਸਭ ਪੁਲਿਸ ਲੈ ਕੇ ਤੁਰ ਗਈ ਉਹਨਾਂ ਨੂੰ ਟ੍ਰੇਨ ਵੀ ਹੌਲੀ ਹੌਲੀ ਤੁਰ ਪਈ ਵਿਸਲ ਮਾਰੀ ਟ੍ਰੇਨ ਤੁਰ ਗਈ ਟ੍ਰੇਨ ਤੁਰ ਗਈ ਮੈਂ ਸਰਕੰਡੇ 'ਚ ਲੰਮਾ ਪਿਆ ਅੱਗੇ ਉਹ ਬੰਦੇ ਤੁਰ ਗਏ ਪਿੱਛੇ ਥੋੜ੍ਹਾ ਜਿਹਾ ਦੂਰ ਐਂਡ ਦੇ ਉੱਤੇ ਟ੍ਰੇਨ ਦੇ ਜਿਹੜਾ ਨਾ ਜਿਤਨਾ ਬੋਗੀਆਂ ਤੁਰੀਆਂ ਜਿੰਨਾ ਕੁ ਅਸੀਂ ਅੱਗੇ ਆਏ ਨਾ ਸਮਝ ਲਓ ਜੀ ਉੰਨੀ ਕੁ ਟ੍ਰੇਨ ਸਮਝ ਲਓ ਵੀ ਮੇਰੀ ਕਿਸਮਤ ਵੇਖੋ ਵੀ ਉਹ ਸੇਧ ਹੀ ਆਈ ਮੇਰੇ ਮਨ 'ਚ ਇੱਕਦਮ ਉੱਠਿਆ ਅਤੇ ਮੈਂ ਆਖਿਆ ਵੀ ਇੱਥੇ ਤਾਂ ਕੋਈ ਫਨ ਨਹੀਂ ਹੈਗਾ ਵੀ ਬੰਦੇ ਆ ਵੀ ਚਲੇ ਗਏ ਟ੍ਰੇਨ ਵੀ ਚੱਲ ਗਈ ਅਤੇ ਮੈਂ ਇਕੱਲੇ ਨਹੀਂ ਇੱਥੇ ਮੈਂ ਉੱਠਿਆ ਦੌੜ ਕੇ ਮੈਂ ਟ੍ਰੇਨ 'ਚ ਚੜ ਗਿਆ ਪਰ ਚੱਲਦੀ ਟ੍ਰੇਨ 'ਚ ਮੈਂ ਚੜ ਗਿਆ ਅਤੇ ਮੈਂ ਜਿਹੜੀ ਬੋਗੀ ਚੜਿਆ ਕੁਦਰਤੀ ਉਹੀ ਬੋਗੀ ਆ ਗਈ ਜਿੱਥੋਂ ਅਸੀਂ ਉਤਰੇ ਸੀ ਜੀ ਅਤੇ ਮੈਂ ਕਿਉਂਕਿ ਉੰਨੀ ਅਸੀਂ ਬਿਲਕੁਲ ਉਹ ਜਿੰਨੀ ਅੱਗੇ ਆਈ ਟ੍ਰੇਨ ਅਤੇ ਉਹ ਬੋਗੀ ਸਾਹਮਣੇ ਆ ਗਈ ਮੈਂ ਚੜਿਆ ਅਤੇ ਸਾਡੇ ਤਰਨ ਤਾਰਨ ਤੋਂ ਹਰਿੰਦਰ ਜੀ ਸੀ ਉਹ ਅੱਗੇ ਉਹ ਖਲੋਤੇ ਬਾਈ ਚਾਂਸ ਕਿਤੇ ਮੇਰਾ ਖਿਆਲ ਉਹ ਟੋਇਲਟ 'ਚ ਵੜੇ ਹੋਣੇ ਆ ਅਤੇ ਉਹ ਰਹਿ ਗਏ ਬਾਕੀ ਸਭ ਚਲੇ ਗਏ ਉਹਨਾਂ ਦਾ ਸਮਾਨ ਵੀ ਚਲੇ ਗਿਆ ਅਤੇ ਉਸ ਤੋਂ ਬਾਅਦ ਸਫ਼ਰ ਸ਼ੁਰੂ ਹੋਇਆ ਇੱਥੋਂ ਫਿਰ ਸਫ਼ਰ ਸ਼ੁਰੂ ਹੋਇਆ ਟ੍ਰੇਨ ਦੇ ਵਿੱਚ ਟ੍ਰੇਨ ਤੁਰ ਗਈ ਫਿਰ ਜੋਸ਼ ਡਰ ਪਲੱਸ ਜਨੂਨ ਇੰਨਾ ਸੀ ਵੀ ਕਿਸੇ ਚੀਜ਼ ਦਾ ਡਰ ਕੋਈ ਮੰਨਦਾ ਨਹੀਂ ਸੀ ਪਿਆ ਅੱਛਾ ਕੋਈ ਮੰਨਦਾ ਨਹੀਂ ਇੰਨੀਆਂ ਗ੍ਰਿਫਤਾਰੀਆਂ ਦਾ ਸੀ ਅਸੀਂ 10-15-20-25 ਕਿਲੋਮੀਟਰ ਕਈ ਵਾਰੀ ਸਫ਼ਰ ਕਰਨਾ 25 ਕਿਲੋਮੀਟਰ ਰਾਤ ਹੀ ਤੁਰਨਾ ਦਿਨੇ ਅਸੀਂ ਕਮਾਦਾਂ 'ਚ ਕਿਤੇ ਆਪਣਾ ਸੁਨਸਾਨ ਜਗ੍ਹਾ 'ਤੇ ਲੁਕੇ ਰਹਿਣਾ ਉਹ ਪਿੰਡਾਂ ਵਾਲਿਆਂ ਨੇ ਆਪ ਧਿਆਨ ਰੱਖਣਾ ਵੀ ਮੇਨ ਸੜਕਾਂ 'ਤੇ ਅਸੀਂ ਨਹੀਂ ਚੜ੍ਹਨਾ ਉਹਨਾਂ ਖਿਆਲ ਰੱਖਣਾ ਵੀ ਪੁਲਿਸ ਨਾ ਆ ਜਾਵੇ ਇੱਧਰੋਂ ਨਾ ਆਵੇ ਇੱਧਰੋਂ ਉਹਨਾਂ ਪੂਰਾ ਨਾਕਾਬੰਦੀ ਕਰਕੇ ਰੱਖਣੀ ਫਿਰ ਉਹਨਾਂ ਰੇਕੀ ਕਰਕੇ ਆਉਣੀ ਅਗਲੇ ਸਫ਼ਰ ਦੀ ਵੀ ਇੱਥੋਂ ਤੱਕ ਆਪਾਂ ਹੋ ਆਏ ਹਾਂ ਉੱਥੋਂ ਅਗਲੇ ਫਿਰ ਉਹਨਾਂ ਨੇ ਜਿੱਥੋਂ ਤੱਕ ਛੱਡ ਕੇ ਆਉਣਾ ਉੱਥੋਂ ਸਾਨੂੰ ਅਗਲੇ ਹੋਰ ਲੋਕਾਂ ਨੇ ਮਤਲਬ ਜਿਹੜਾ ਅੱਗੇ ਲੈ ਕੇ ਜਾਣਾ ਮਤਲਬ ਇੱਕ ਨੈੱਟਵਰਕ ਬਣਿਆ ਸੀ ਅਤੇ ਅਸੀਂ ਮੇਰਾ ਖਿਆਲ ਕਿੰਨੇ ਦਿਨ ਚੱਲੇ ਤਕਰੀਬਨ 100-100 ਕਿਲੋਮੀਟਰ ਚੱਲ ਕੇ ਅਸੀਂ ਉੱਥੋਂ ਪੈਦਲ ਅਤੇ ਪਿੰਡਾਂ 'ਚ ਹੁੰਦੇ ਹੋਏ ਕਮਾਦਾਂ 'ਚ ਸੌਂਦੇ ਰਾਤ ਕਿਤੇ ਕਦੀ ਕੁਛ ਮਿਲਿਆ ਬੁਖਾਰ ਚੜ੍ਹ ਗਿਆ ਬੁਰਾ ਹਾਲ ਦਵਾਈ ਨਾ ਮਿਲੇ ਪਿੰਡਾਂ 'ਚੋਂ ਗਰੀਬ ਪਿੰਡ ਸੀਗੇ ਅਤੇ ਕੁਛ ਜੇ ਸੋਚਾਂ ਮੈਂ ਦੁੱਧ ਮਿਲ ਜਾਏ ਇੱਕ ਤੋਂ ਉਹ ਨਾ ਮਿਲੇ ਪਰ ਜੋ ਕੁਛ ਸੀਗਾ
उन्होंने समर्पित करता कार सेवकों को। गरीब गरीब घर चो कोई इन्ने चौल बना के लिया रहा, कोई दस रोटियां लिया रहा, जो जिद को है ना उन्हें समर्पित किया। तो भी बुखार सी उस वे हैं, उस वे मैं बुखार सी, तीन चार दिन लगातार पाँच दिन बुखार रहा, पर कोई परवाह नहीं की क्योंकि काफिला सीगा, मैं कल करके ना उन्हें रुकना ही है तो ना मैं रोक सकता ही, ना मैं कला पिछे रह सकता ही। तुरे गए सब बुखार बखूर आपे प्रभु राम दे जिहड़े ठीक करते। असी सरयू दे कंढे ते पहुँच गए, रात मंड च सुते, मंड च कंबल राती विछा के सुते हैं, दिने सारा गिला कपड़िया तक गिले हुए, इन्नी सेम होंगी उत्थे, इन्ने इन्ने पानी चो सिर ते समान रख के अपना ते कपड़े बाकी ला के थोड़े जिन्ना जिहड़े जिहड़े ला सकदे आपां, ते इन्ने इन्ने गल गल पानी दे विचों दी असी नंगे नदियां पार कीतियां छोटिया छोटिया, क्योंकि जाना उ असी मेन रस्ते से चढ़ना नहीं सी जी। ते फिर सरयू दे कंढे ते फिर तैयारी हुई, ती दी मतलब ती तरीक तो एक दिन पहला सरू सरयू दे पुल दे हजार कार सेवक उत्ते सरयू दे कंढे ते कट्ठे हो गए। अगले पासे अयोध्या जिहड़ा वा बहुत फोर्स सीगी, पुल दे उत्ते बहुत फोर्स सी। एक वारी असीं सारा तैयारी करके जोर मारिया, कित्थों तक अगे पौने पुल तक असीं पार कर गए, अगों फिर उन्होंने पूरा घोड़िया वाली पुलिस दूजी अथरू गैस जो कर सकते पुलिस ने, मेरे इतने गोडे की अख जी होंगी जी ना हड्डी, उत्थे एक डांग वजी मैं लगा मेरी लत लत, मतलब इन्ना क उत्थे प्रैशर बन गया भी यह पुल हुणे टुट जूगा, साइडां टुट जाणगियां, कुछ डिगे भी पानी दे विच लोक। असीं फिर उत्थों वापस मुड़े, कहिंदे गोली भी चली उस टाइम ते, गोली भी चली वापस मुड़े, उत्थे दो तीन बंदे उत्थे भी मारे गए। फिर गड्डिया गुड्डिया लोगों ने मतलब अग लाती पुलतियां, बहुत संघर्ष उत्थे होया। फिर असी सोचा भी सरयू पार करिए, मैं तैरना आता वा, मैं सरयू पार तक पौने पार करके तो फिर वापस मुड़िया भी आप कर सकते कि नहीं होर, क्योंकि तरते नहीं। फिर कई तारा तूरं बद्धिया गंढिया भी मैं इनू तार लैके तो पार लंघ दवा तो तहु फड़ाऊंगा तो खिचूंगा, वो भी साडा सिरे नहीं चढ़ा क्योंकि बहुत व्डा दरिया से पार करना सौखा नहीं, एक तार बिल्कुल है। तो फिर असी सानू पता लगा भी तीह तरीक नूं असीं पहुँच नहीं पाए, अयोध्या के कंढे ते रह गए, सरयू के कंढे ते पार नहीं कर पाए सरयू नूं। फिर पता लगा उत्थे गोली चली आ, कुछ लोग उत्थे मारे गए आ, भी तीह नूं वधदे मंदर वल नूं वधदे, कुठारी ब्रदर जिहड़े आ उह ते मेरा ख्याल दोनों ही शहीद होए ते उत्थे हैं। फिर असी तीन चार पंज किलोमीटर अगे पिंडां वल जाके उत्थों एक बेड़ी जिहड़ी आ ना उह सानू मिल गई, बड़ा वड्डा प्लान बने चार पासयां तों आपां राम मंदर वल वधांगे, साडी ड्यूटी हनुमानगढ़ी वाले पासे जी। मैं इक सतीश भनोट मेरे नाल सी तरन तारन दा मुंडा कार सेवक, असी उधर थोड़ा जोश ज़्यादा सी, असी थोड़ा अगे वध गए फ्रंट दे उत्ते सीगे, गोली चलनी शुरू हो गई, जो फिर सज्जे खब्बे कोई दिखाया किसी नूं सीधियां गोलियां वज्जियां सीधियां साडे सामने, कार सेवक डिगे, कुछ मरे, कुछ तड़फदे रहे, जिधर सज्जे खब्बे जिहड़ी जगह मिली असी उधर नूं होए। एक बरांडा सी उहदा कौला सी एडा क, ते उत्थे असी कौले दे पिछे दोवें खलो गए, पुलिस सामने अगे वधदी आ रही है, कुछ कोठिया कूठिया उत्तों की इधर उधर भज गए, गोली अन्ने वाह वर रही थी। तो मैं सतीश नूं मैं अज आप गए राम की पेंट चढ़ जाना, क्योंकि जिनी फोर्स ये वधदी आ रही है अपने को इतों बरांडे चो पिछे इधर नूं नहीं आप जा सकते, दरवाजे बंद आ, बरांडा ही आ, यह कौला ही है, पर जिन्ने चुन उन्होंने फड़ के मारना आप। एक गली भी पच्ची फुट की गली सी चौड़ी वो जी जिते असी वधदे पे सी, जां थोड़ी वध भी होगी, एक थोड़ा जहा खब्बे पासे ना छोटी जी संकरी गली, मैं जे आप इधरों पार करके उधर निकल जाइए तो फिर आप बच के निकल सकते हैं। तो राम का जकारा ला के अं छाल मारियाँ, डर नहीं लगा उसने, देखो दोवें चीजा है, जोश भी सी ते गोली भी सामने दिखती पई, तो सामने बंदे डिग डिगे भी डिगते भी दिखते पे, जेडे डिगे सामने तड़पते पे वह भी दिखते पे। फिर असी जोर ना दौड़े अपने वालों राम का ना लैके, ठीक है जो होना वो तो होना ही है, पर असी उस गली च वड़ गए, उस गली थोड़ी पिछे जाती ही, तो वह थोड़ा जहा मैदान जहा उ होर भी तीह पंजा बंदे कार सेवक सीगे जिहड़े इत्थों भज के गली चों उधर गए। एक शैल डिगा उत्थे धुएं वाला अथरू गैस वाला परना सीगा केसरी, गिले किते ही पियो मूँह ते जदों पैंदी सी गैस तो साड़ बहुत पाउंदी आ,
ना परने ना फड़ लिया तो मैं खूज सुटिया वह खूज मैनू पता नहीं भी ये दोबारा इन मूँह नहीं लाना वो इन्नी वो गैस या मिर्चा जी पै गई मेरे परने मैं मूँह तो फेर बैठा मैं एक घंटा जड़ा ना साड़ इन्ना क पीता रहा भी मेरे पता नहीं कि सारा मूँह सड़ गया तो मैं टूटी थले सिर देख रखे एक घंटा तो माड़ा मोटो फर्क पाया फिर चलो पिछे आ गए वापस जिते असी तो फिर उस वे फिर तुम नहीं पहुँच सकिया मतलब उत्तर नहीं मैं उत्थे पहुँचना अंदर उत्थे जदे जिहड़े दो चार बंदे पहुँचे दो कठाड़ी बंदू जो उत्थे शहीद हो गए होर जिहड़े वधदे पए जिहड़े उह सैकड़े लोग उहनूं मरे उत्थे कुछ सरयू दे कंडे ते मरे इन्हां ने फिर अन्ने वाह गोली चलाई मुलायम सरकार ने कोई लिहाज नहीं किया कोई लिहाज नहीं किया उदों उह उत्थे तहस नहस ते किन्ने दिन बाद तुसीं फिर वापसी आए उत्थों दी एक तरीक दी इह दो तरीक दी गल है दो नूं असीं वधे सी इक नूं प्लान बणिया दो नूं वधे सी दो तों बाद राती जदों असीं अपने कैंप च आए जिथे वापस सारे कोई कल्ला इधरों आ गया कोई इधरों आ गया सारे इकट्ठे हो गए पर उस वेले कई साथी जान दे चुके सी अपनी पर इह आ वी साडे बंदे जिहड़ा इक बंदा साडा मिस हो गया सुनील कुमार सीगा तरन तारण दा मुंडा बड़ा मेरा मित्र सी छोटा प्यारा पर इह आ वी उह हफ्ते एक बाद जिहड़ा वा ना वापस तरन तारण पहुंचिया असीं उत्थों फिर सानू ना हदायत हो गई साडे लीडरां ने भी कहता हुण तुसीं वापस चल जाओ बहुत नुकसान हो गया ते हुण कोई प्रोग्राम नहीं अगे वधन दा भी असीं किसे होर नुकसान नहीं करवाउणा चाहुंदे अपने कार सेवकां दा असीं फिर उत्थों अगले दिन ट्रेनां इन्हां ने वापसी दीआं चलातीआं सरकार ने भी जिहड़े निकलना चाहुंदे आ निकल जाण बसां ट्रेनां जो भी असीं उत्थों ट्रेन तों अगले दिन 3 तरीक नूं वापस मुड़े तो 3 तरीक वापस मुड़े तो फिर आप चार खनू मेरा ख्याल पहुँच गए इतने तरन तारण पहुँच गए पर एक साथी जिहड़ा उहदा दिमाग च हर टाइम तो डर इहदे दौरान भी जदों असीं गए तो जो उत्थे होया मेरी दुकान दे उत्ते मेरे ब्रदरस दस्सिया भी साढ़े उन्होंने पेरेंट्स भी इस मुंडिया साड्या लै गया इन्हें मरवाउण वास्ते तो असीं तुहाडे इत्थे धरना दे देना साढ़े बच्चों नाल गल कराओ गल तो ना फोन सी ना कोई गल ना बात कदे एक अद्धी वारी कदे पीसी उदों कदे गल होई ते नहीं ते गल होई नहीं गल कित्थे होणी पर जो सब ओ समां तुसीं देखिया कि किन्ना क उस वेले जरा सी जोश से असीं देख लिया कि तुसीं गोलियां च वड़दे गोलियां पूरी यूपी इसे काम च लगी सी वी कार सेवकां नूं पहुंचाउणा कि तरह पैदल जत्थियां दे जत्थे आ रहे सी किधरों आ रहे सी कौन है किहड़ी स्टेट तों आ रहे कुछ पता नहीं लगता सारे ही इस तरह राम दा भजन गाउंदे राम लला हम आएंगे मंदिर वही बनाएंगे 30 अक्टूबर आता है अयोध्या हमें बुलाता है हैं ते 2 नवंबर नूं जदों इन्नी दुनिया मर गई ते जां मतलब जिहड़े 30 नूं कुछ पहुंचे उह उहनां ते गोली चली 1 तरीक नूं जितना 30 दी रात जी बिल्कुल सन 29 नूं सरयू दे कंडे ते चली उत्थे कुछ मर गए बहुत ज्यादा नुकसान हो गया सब वापस आ गया है ना उस तो बाद जरा 92 दे विच इहदे नाल तुसीं वेखो यूपी दे विच इह मुड बीजेपी दी सरकार दा मुड उह राम मंदिर ने बन्निया भी यूपी दे विच फुल फ्लैश सरकार ਕਲਿਆਣ ਸਿੰਘ ਦੀ ਬਣੀ ਪਰ ਉਸ ਤੋਂ ਬਾਅਦ 92 ਦੇ ਵਿੱਚ ਇੱਕ ਤਰੀਕੇ ਨਾਲ 92 ਦੇ ਵਿੱਚ ਕਲਿਆਣ ਸਿੰਘ ਸੀਗਾ ਤੇ ਉਦੋਂ ਸਮਝ ਲਓ ਵੀ ਸਭ ਨੂੰ ਜਦੋਂ ਤੁਸੀਂ ਵੀ ਗਏ 92 ਚ 92 ਦੇ ਵਿੱਚ ਮੈਂ ਨਹੀਂ ਜਾ ਸਕਿਆ ਕਿਸੇ ਕਾਰਨ ਕਿਉਂਕਿ ਉਦੋਂ ਸਾਰਾ ਪਲੈਨਡ ਸਿਸਟਮ ਸੀਗਾ ਜੀ ਬਿਲਕੁਲ ਪਲੈਨਡ ਸੀ ਪਰ ਜੋ ਸਭ ਅੱਜ ਪਰ ਮੈਂ ਇਹ ਕਹਿਣਾ ਵੀ ਅਸਲੀ ਸੰਘਰਸ਼ 90 ਦਾ ਸੀ 92 ਚ ਕਲਿਆਣ ਸਿੰਘ ਨੇ ਆ ਕੇ ਆਓ ਕੰਮ ਕਰੋ ਬਾਅਦ ਤੋਂ ਰਿਜ਼ਾਈਨ ਕਰਤਾ ਕਲਿਆਣ ਸਿੰਘ ਨੇ ਆਪਣੀ ਸਰਕਾਰ ਤਿਆਗ ਦਿੱਤੀ ਜੀ ਪਰ ਇਹ ਉੱਨੀ ਸੌ 90 ਦਾ ਜੋ ਸੰਘਰਸ਼ ਸੀ ਉਹ ਵੱਡਾ ਸੀ ਉੱਨੀ ਸੌ 90 ਦੇ ਸੰਘਰਸ਼ ਨੇ ਉੱਥੇ ਫੁੱਲ ਫਲੈਜ ਕਲਿਆਣ ਸਿੰਘ ਦੀ ਬੀਜੇਪੀ ਦੀ ਸਰਕਾਰ ਯੂਪੀ 'ਚ ਬਣਾਈ ਅਤੇ 92 ਨੂੰ ਇਹ ਸੰਭਵ ਹੋ ਪਾਇਆ ਵੀ ਉੱਥੇ ਰਾਮ ਲੱਲਾ ਦੀ ਮੂਰਤੀ ਜਿਹੜੀ ਬਿਰਾਜਮਾਨ ਕਰਤੀ ਹੈ ਅੱਜ ਮੰਦਰ ਕੈਂਟ 'ਚ ਅੱਜ ਮੰਦਰ ਬਣ ਰਿਹਾ ਔਰ ਤੁਹਾਨੂੰ ਕਿਸੇ ਦੇ ਸੰਘਰਸ਼ ਯਾਦ ਆਉਂਦਾ ਹੋਏਗਾ ਇਹ ਇੱਕ ਮੈਂ ਉਸ ਵੇਲੇ ਡਾਇਰੀ ਲਿਖੀ ਸੀ ਮੇਰੀ ਡਾਇਰੀ ਵੀ ਉਹ ਗੁਆਚ ਗਈ ਉਹਨਾਂ ਵੀ ਗੁਆਚ ਗਈਆਂ ਕੁਛ ਫੋਟੋਆਂ ਜਿਹੜੀਆਂ ਹੈਗੀਆਂ ਸੀ ਉਹ ਗੁਆਚ ਗਈਆਂ ਅਤੇ ਮੈਂ ਡਾਇਰੀ ਲਿਖੀ ਸੀ ਉਹ ਡਾਇਰੀ ਜਿਹੜਾ ਪੜ੍ਹਦਾ ਜਾਂਦਾ ਤਾਂ ਫਿਲਮ ਬਣਨ ਵਾਲੀ ਹੈ ਇਹਦੇ 'ਤੇ ਉਹ ਇੱਕ ਪੁਆਇੰਟ ਸੀ ਉਸ ਡਾਇਰੀ ਅੱਜ ਵੀ ਯਾਦ ਆ ਜਿਹੜੇ ਮੈਂ ਉਹ ਦਿਨ ਸੀ ਸੰਘਰਸ਼ ਦੇ ਮੈਂ ਉੱਥੇ ਰਾਤ ਨੂੰ ਰੋਜ਼ ਲਿਖਦਾ ਵੀ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਾਨੂੰ ਕੌਣ ਮਿਲੇ ਅੱਜ ਕੁਛ ਲੋਕ ਆਉਂਦੇ ਜੀ ਇੱਧਰ ਮੁਹੰਮਦਨ ਦੇ ਪਿੰਡਾਂ 'ਚ ਵੜ ਗਿਆ ਉਹਨਾਂ ਨੇ ਐਂ ਕਰਤਾ ਅਫਵਾਹਾਂ ਵੀ ਬੜੀਆਂ ਫੈਲਦੀਆਂ ਸੀ ਅੱਧੀ ਰਾਤ ਠੰਡ 'ਚ ਪਏ ਹਾਂ ਉੱਤੇ ਪਰਾਲੀ ਪਾ ਲਈ ਭੁੱਖੇ ਹਾਂ ਬੁਰਾ ਹਾਲ ਆ ਕਿਸੇ ਪਾਸਿਓਂ ਕੁਛ ਨਹੀਂ ਅੱਧੀ ਰਾਤ ਕੋਈ ਆਉਂਦਾ ਵਾਜਾਂ ਮਾਰਦਾ ਜੈ ਸ਼੍ਰੀ ਰਾਮ ਦੀਆਂ ਅਸੀਂ ਸਿਰ ਕੱਢਦੇ ਹਾਂ ਅਤੇ ਬੋਰੀਆਂ ਉਹਨਾਂ ਨੇ ਪੂੜੀਆਂ ਦੀਆਂ ਅਤੇ ਵਿੱਚ ਲਿਫਾਫਿਆਂ ਦੇ ਵਿੱਚ ਪੂੜੀਆਂ ਬੱਧੀਆਂ ਠੰਡੀਆਂ ਸੀ ਬਿਨਾਂ ਸ਼ੱਕ ਪਰ ਉਹ ਹੀ ਐਂ ਲੱਗਦੀਆਂ ਵੀ ਸਾਡੇ ਵਾਸਤੇ ਪਤਾ ਨਹੀਂ ਕੀ ਆ ਅਤੇ ਅੱਜ ਕਿਵੇਂ ਵੇਖਦੇ ਹੋ ਅੱਜ ਰਾਮ ਲੱਲਾ ਦੀ ਮੂਰਤੀ ਸਥਾਪਨਾ ਅੱਜ ਫਿਰ ਜੈਜਾਕਾਰ ਹੋ ਰਹੀ ਆ ਅੱਜ ਸਾਡੇ ਮੈਂ ਉਹ ਸੁਭਾਗਾ ਇਨਸਾਨ ਆ ਜਿਹਨੇ ਸੰਘਰਸ਼ ਵੀ ਵੇਖਿਆ ਸੰਘਰਸ਼ ਕੀਤਾ
अपने सामने सब कुछ कुरबानियां हुंदियां वेखियां इस राम मंदिर वास्ते अज वह साकार हो रही हैं। वह आत्मावां जिहड़ियां प्रभु राम के गुणखान च इस संघर्ष के अपने जीवन की आहूति दे गईयां सी वह भी अज स्वर्गों के जिथे प्रभु राम के चरणों च होणगियां वह भी खुश हुंदियां होणगियां। आत्मावां भी साडा संघर्ष अज परवान चढ़िया राम मंदिर भव्य राम मंदिर जिहड़ा वा बन रहा पूरी दुनिया पूरी दुनिया का बिल्कुल जावांगे सानू। चलो खैर हुण मैं श्रोमणी अकाली दल च हाँ नहीं न्योता इन्होंने दिता जो कुछ ठीक है भंडारा कर रहे सामने अदर सिनेमा जिहड़ा सामने जिहड़ा नावल्टी चौक तो थोड़ा जिहा बिजली घर है ना जिहड़ा मारवाई रोड से ओहदे नाल ही जिहड़ी पार्किंग बनी फनलैंड दी मैं सारयां नूं भी रिक्वेस्ट करदा उत्थे आउण। सुखबीर बादल जी उस प्रोग्राम का जिहड़ा वा अपना समझ लो जिहड़ा असीं लंगर भंडारा कर रहे हैं उहदा शुभारंभ करनगे ते श्रोमणी अकाली दल च पर सब राम एज एज अनिल जोशी एज ए कार सेवक अज अपने आप ना दिल ठंडा हो रहा दिल ठंडा कि मैं ना हर्षोल्लास है पूरा भी असी मैं तुहानूं दस्सिया ना भी असी उस संघर्ष दे विचों निकले हैं ते साडे जीवन दे विच इह सुपना साकार हो रहा। 500 साल दे संघर्ष किन्ने लोग चले गए जिन्ह ने अखा के सामने राम मंदिर बनता नहीं वेख्या तो असं अपने अखा सामने वेख रहे हैं तो वड्डा वडभागी होर कोई नहीं है किसी सत्ता तो उपर आ किसी कुर्सी तो उपर आ किसी मिनिस्ट्री तो उपर आ ये जिहड़ा आनंद आ ना भी साडा संघर्ष प्रवान चल रहा शुक्रिया का मंदिर बन रहा रामलला विराजमान हो रहा जय जयकार पूरी दुनिया च हो रही है सबनों सारी दुनिया के वासियों बहुत बहुत मुबारक कि परमात्मा सब ते कृपा करे। जय श्री राम। तो यह सन अनिल जोशी तो कुछ भावुक करने वाली गल् जरूर सन ये कि जिन्हिया चीज़ा असी तुहाडे नाल सांझियां कीतियां ने कि संघर्ष की कहानी दिखाई है संघर्ष की वो कहानी जिहड़ी तुसीं अज तक कदी नहीं सुनी होएगी तो पहली बार टीवी स्क्रीन पर तुसीं सुनी है कि किस तरीके नाल सरयू के तट के उत्ते किवें संघर्ष किया गया किवें बेड़ी लिआंदी गई किवें लोग जिहड़े ने शहीद हुंदे रहे पर जोश जज्बा सी कि मंदिर बनेगा। तो इस कहानी के नाल असीं तुहानूं अलविदा लैंदे तो होर भी जिहड़ी कहानियां जो कि अयोध्या राम मंदिर नाल जुड़ियां असीं तुहाडे नाल सांझी करदे रहांगे। कैमरामैन अर्श दे नाल सुमित खन्ना ग्रेट पंजाब टीवी अमृतसर।